ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਕਿਵੇਂ? ਠੀਕ ਠਾਕ ਸਾਰੇ? ਅਤੇ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਆਏ ਹਾਂ ਹੁਣ ਆਪਣੇ ਘਰ, ਅਤੇ ਪਰਸੋਂ ਨੂੰ ਇਹ ਪ੍ਰੋਗਰਾਮ ਬੜਾ ਵਧੀਆ ਕਿਉਂਕਿ ਪਰਸੋਂ ਹੈ ਮੇਰਾ ਬਰਥਡੇ, ਅਤੇ ਇਸ ਕਰਕੇ ਆਪਾਂ ਸਾਰੇ ਜਾਣੇ ਘਰ ਦੇ ਵਿੱਚ ਡਏ ਹਾਂ ਸਾਫ਼ ਸਫਾਈ ਕਰਨ, ਅਤੇ ਮੈਂ ਤੁਹਾਨੂੰ ਸਾਰਾ ਵਿਖਾਉਂਦਾ ਵਲੋਗ ਦੇ ਵਿੱਚ ਆਪਾਂ ਕੀ ਕਰਦੇ ਪਏ ਹਾਂ, ਕੀ ਤਿਆਰੀ ਕਰਾਂਗੇ, ਕਿੱਦਾਂ ਕਿੱਦਾਂ ਘਰ ਦੀ ਸਫਾਈ ਕਰਾਂਗੇ। ਅਤੇ ਉਹ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ, ਇਹ ਆਪਾਂ ਲਿਆਂਦਾ ਅੱਜ ਗੀਜ਼ਰ ਕਿਉਂਕਿ ਸਰਦੀਆਂ ਆ ਗਈਆਂ, ਤੁਹਾਨੂੰ ਪਤਾ ਮੰਮੀ ਡੈਡੀ ਥੋੜ੍ਹੇ ਬਜ਼ੁਰਗ ਆ ਅਤੇ ਸਿਆਲ ਦੇ ਵਿੱਚ ਥੋੜ੍ਹਾ ਗਰਮ ਪਾਣੀ ਚਾਹੀਦਾ ਨਹਾਉਣ ਵਾਸਤੇ, ਇਸ ਕਰਕੇ ਅਸੀਂ ਅੱਜ ਗੀਜ਼ਰ ਲੈ ਕੇ ਆਏ ਹਾਂ। ਉਹਨਾਂ ਨੂੰ ਲਵਾ ਦੇਣਾ ਸਹਿਜ, ਆਈ ਮਾੜਾ ਖੋਲ੍ਹ ਕੇ ਦਿਖਾਈ ਗੀਜ਼ਰ। ਇਹ ਸਹਿਜ ਦੀ ਪਸੰਦ ਦਾ ਗੀਜ਼ਰ ਲਿਆਂਦਾ ਜੀ ਅੱਜ। ਪੱਚੀ ਲੀਟਰ ਪਾਣੀ ਪੈਂਦਾ ਇਹਦੇ ਵਿੱਚ, ਬਹੁਤ ਹੀ ਵਧੀਆ ਗੀਜ਼ਰ ਆ। ਤੁਸੀਂ ਸਾਰੇ ਇਹੋ ਲਵਾਇਓ, 5 ਸਟਾਰ ਅਤੇ 5 ਸਟਾਰ ਗੀਜ਼ਰ ਆ। ਸਵੇਰੇ ਆਪਾਂ ਇਹਦੇ ਥੱਲੇ ਨਹਾਉਣਾ ਗਰਮ ਪਾਣੀ ਨਾਲ, ਠੀਕ ਆ? ਅੱਜ ਆ ਜਾਣਾ ਸ਼ਾਮ ਨੂੰ, ਅੱਜ ਫਿਟਿੰਗ ਕਰਾ ਦੇਣੀ ਆ। ਆ ਜਾਓ, ਮੈਂ ਤੁਹਾਨੂੰ ਬਾਕੀ ਵਿਖਾਉਂਦਾ ਕਿ ਸਿੰਕੀ ਮਿੰਕੀ ਕੀ ਡੀਆਂ ਕਰਨ, ਸਮਾਨ ਸਮੂਨ ਕਾਫੀ ਲਿਆਂਦਾ ਅੰਦਰ, ਡਈਆਂ ਸੈਟਿੰਗ ਕਰਨ, ਅਤੇ ਮੈਂ ਤੁਹਾਨੂੰ ਦਿਖਾਉਂਦਾ ਅੰਦਰ ਦਾ ਵਲੋਗ। ਹਾਂ ਵੇਖੋ, ਸ਼ੋਪਿੰਗ ਕਰ ਕਰਕੇ ਇਹਨਾਂ ਨੇ ਸਾਰੇ ਪੋਲੀਥੀਨ ਇੱਥੇ ਰੱਖੇ ਹੋਏ ਆ, ਅਤੇ ਇੱਧਰ ਜਿਹੜਾ ਸਮਾਨ ਆ ਸੈਟਿੰਗ ਕਰਦੀ ਪਈ ਆ ਪ੍ਰੀਤ। ਹਾਂਜੀ, ਹੋਣ ਡੀਆਂ ਤਿਆਰੀਆਂ ਫਿਰ? ਇੱਧਰ ਮੈਡਮ ਪ੍ਰੀਤ ਪੂਰੇ ਜ਼ੋਰਾਂ ਸ਼ੋਰਾਂ 'ਚ ਡਈ ਤਿਆਰੀਆਂ ਕਰਨ, ਨਾਲ ਨਾਲ ਹੀ ਦੀਵਾਲੀ ਦੀ ਸਫਾਈ ਹੋਈ ਜਾਣ ਡੀ ਆ, ਅਤੇ ਨਾਲ ਨਾਲ ਹੀ ਸੈਟਿੰਗ ਕਰਨ ਡੇ ਆ ਸਮਾਨ ਦੀ। ਸਮਾਨ ਲਿਆ ਲਿਆ ਕੇ ਕਾਫੀ, ਵੇਖ ਲਓ ਬਿੱਡਿਆਂ ਦੇ ਵਿੱਚ ਰੱਖੀ ਜਾਂਦੀ ਹੈ ਇੰਨਾ ਸਮਾਨ ਜਿਹੜਾ ਆ, ਉਹ ਕੱਲ੍ਹ ਆਪਾਂ ਸ਼ੋਪਿੰਗ ਕਰਕੇ ਲਿਆਂਦਾ ਸੀਗਾ। ਚਲੋ ਵਿੱਚੇ ਦੀਵਾਲੀ ਦੀ ਸਫਾਈ ਦੇ ਨਾਲ ਹੀ ਪਰਸੋਂ ਬਰਥਡੇ ਪਾਰਟੀ ਦੀ ਹੈ ਕਿ ਨਹੀਂ, ਅੱਜ ਅਸੀਂ ਸਾਰੇ ਘਰ ਦੀ ਸਫਾਈ ਕਰਨੀ ਆ। ਆ ਜਾਓ ਆ ਜਾਓ ਫਿਰ ਕਰੀਏ ਸਾਰੇ ਜਾਣੇ ਇਕੱਠੇ। ਆਹ ਮਣੀ ਵਾਸਤੇ ਲਿਆਂਦਾ ਸਮਾਨ, ਬਾਕੀ ਅਸੀਂ ਮਣੀ ਵਾਸਤੇ, ਬਾਕੀ ਜਿਹੜਾ ਮਣੀ ਵਾਸਤੇ ਸਮਾਨ ਲਿਆਂਦਾ ਉਹ ਫਰਿੱਜ 'ਚ ਲਾਇਆ। ਮਣੀ ਦਿਖਾਈ ਆਪਣੇ ਵਾਸਤੇ ਜਿਹੜਾ ਸਮਾਨ ਆ, ਕੀ ਲਿਆਂਦਾ ਆ ਬਰਥਡੇ ਪਾਰਟੀ ਦੇ ਉੱਤੇ? ਓ ਵਾਹ, ਆ ਵੇਖ ਲਓ ਪੂਰਾ ਫਰਿੱਜਰ ਹੀ ਭਰਿਆ ਹੋਇਆ ਮਣੀ ਨੇ। ਕਿਟਕੈਟ ਵੀ ਵਿੱਚੇ ਪਈ ਆ, ਨਹੀਂ ਆਉਂਦਾ ਕੋਈ। ਹਾਂਜੀ ਮਾਤਾ ਸ੍ਰੀ, ਤੁਸੀਂ ਕਰਨ ਡੇ ਜੇ ਤੋਰੀਆਂ ਨੇ ਮੰਮੀ? ਇਹ ਭਿੰਡੀਆਂ ਵਾ ਹੈ, ਮੰਮੀ ਲੱਗੇ ਆ ਭਿੰਡੀਆਂ ਦੀ ਸਬਜ਼ੀ ਬਣਾਉਣ, ਤੇ ਸਵਾਦ ਜੀ ਬਣਾਇਓ ਚੰਗਾ। ਪਰਸੋਂ ਮੁੰਡੇ ਤੁਹਾਡੇ ਦਾ ਜਨਮ ਦਿਨ ਆ, ਕੀ ਦੇਣਾ ਫਿਰ ਗਿਫਟ ਹੈ? ਕੀ ਲਿਆਓਗੇ ਦੱਸੋ, ਹੈ ਦੱਸੋ ਕੀ ਲਿਆਉਣਾ? ਮੈਂ ਕੀ ਕਹਿਣਾ ਆ, ਤੁਸੀਂ ਦੱਸੋ ਕੀ ਦੇਣਾ ਮੁੰਡੇ ਆਪਣੇ ਨੂੰ? ਚੱਲ ਦੱਸੋ ਤੁਸੀਂ ਕੀ ਦੇਣਾ। ਚੱਲ ਕੋਈ ਨੀ, ਤੁਹਾਡਾ ਗਿਫਟ ਹੀ ਗਿਫਟ ਆ, ਹੈ ਕੋਈ ਗੱਲ ਨੀ। ਇੱਧਰ ਡਈ ਆ ਗੱਡੀ ਸਾਫ਼ ਹੋਣ, ਇੱਧਰ ਡੈਡੀ ਜੀ ਉਹਨਾਂ ਨੂੰ ਪੈ ਫੜਾਇਆ। ਹਾਂਜੀ ਡੈਡੀ ਜੀ, ਕੀ ਹਾਲ ਚਾਲ ਆ ਫਿਰ, ਠੀਕ ਠਾਕ ਆ? ਪਰਸੋਂ ਮੁੰਡੇ ਤੁਹਾਡੇ ਦਾ ਜਨਮ ਦੇਣਾ, ਕੀ ਦੇਣਾ ਫਿਰ? ਕੀ ਗਿਫਟ ਕਰਨਾ ਫਿਰ? ਨਿੱਕੀ ਗੱਡੀ ਦੇਣੀ ਮੈਨੂੰ? ਦੱਸ ਦੇ ਕਿਹੜੀ ਗੱਡੀ ਦੇਣੀ ਡੈਡੀ? ਹੈ ਬਾਕੀ ਤੁਹਾਨੂੰ ਆਪਾਂ ਸਾਰਾ ਵਲੋਗ ਨਾਲ ਦੀ ਨਾਲ ਬਣਾਵਾਂਗੇ, ਅਤੇ ਨਾਲ ਦੀ ਨਾਲ ਹੀ ਦਿਖਾਈ ਜਾਵਾਂਗੇ। ਅਤੇ ਮੈਂ ਵੀ ਆਪਣੀ ਗੱਡੀ ਨੂੰ ਧੋਵਾਂਗਾ, ਨਾਲ ਹੀ ਦੀਵਾਲੀ ਦੀ ਸਫਾਈ, ਅਤੇ ਨਾਲ ਹੀ ਆਪਾਂ ਕਰਦੇ ਪਏ ਹਾਂ ਘਰ ਦੀ ਸਫਾਈ। ਧੋ ਦੋ ਚੰਗੀ ਤਰ੍ਹਾਂ, ਬਾਅਦ 'ਚ ਦੂਜੀ ਗੱਡੀ ਵੀ ਧੋਣੀ ਆ, ਡੀਜ਼ਲ ਵਾਲਾ। ਇੱਕ ਪੈਟਰੋਲ ਵਾਲਾ ਕਹੀ ਜਾਂਦਾ, ਦੂਜਾ ਡੀਜ਼ਲ ਵਾਲਾ ਕਹੀ ਜਾਂਦਾ, ਚੱਕਰ ਕੀ ਆ? ਲੱਭ ਜੂਗਾ, ਆਈ ਥੱਲੇ ਸੀਟ ਲਾਗੇ ਆਈ ਚੁੱਕ ਦੇ ਚੱਲ। ਆਹੋ ਜਨਮਦਿਨ
अगे बड़ा चिट्टा मैं।